ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖਨਾ ਅਬਲੂ ਦੇ ਇੱਕ ਵਿਅਕਤੀ ਦਾ ਰਾਤ ਵੇਲੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਅਣਪਛਾਤੇ ਕਾਤਲਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖਨਾ ਅਬਲੂ ਦੇ ਇੱਕ 40 ਸਾਲਾ ਉਮਰ ਦੇ ਵਿਅਕਤੀ ਦਾ ਰਾਤ ਵੇਲੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬਲਦੇਵ ਸਿੰਘ ਆਪਣੇ ਘਰ ਸੁੱਤਾ ਹੋਇਆ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰ ਨਾਲ ਉਸ ਦੀ ਹੱਤਿਆ ਕਰ ਦਿੱਤੀ। ਥਾਣਾ ਕੋਟਭਾਈ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਮੁਖੀ ਰਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਨੂੰ ਕੋਈ ਪਤਾ ਨਹੀਂ ਜੀ, ਸੁੱਤੇ ਪਏ ਸਸਤਾ ਸਾਰੇ, ਅਤੇ ਬੇਬੇ ਨੂੰ ਪਤਾ ਲੱਗਿਆ ਜਦੋਂ ਵੀ ਮਾਰਿਆ, ਉਹ ਖੜਕਾ ਜਿਹਾ ਹੋਇਆ ਅਤੇ ਸੁਣਿਆ ਉਹਦੀ ਕੋਈ ਬੋਲੀ ਜਾਂਦਾ। ਅਸੀਂ ਬੇਬੇ ਨੇ ਸਮਝਿਆ ਵੀ ਘਰ ਅਸੀਂ ਬੋਲੀ ਜਾਂਦੇ ਹਾਂ, ਉਹਨੂੰ ਕੋਈ ਪਤਾ ਨਹੀਂ ਲੱਗਿਆ। ਨਾਲ ਛੋਟਾ ਮੁੰਡਾ ਪਿਆ ਸੀਗਾ, ਉਹਨੂੰ ਵੀ ਨਹੀਂ ਪਤਾ ਲੱਗਿਆ ਸੁੱਤਾ ਪਿਆ ਸੀ ਉਹ ਵੀ। ਜਦੋਂ ਬੇਬੇ ਨੇ ਬੇਬੇ ਦੀ ਆਵਾਜ਼ ਸੁਣ ਕੇ ਅਤੇ ਛੋਟਾ ਮੁੰਡਾ ਉੱਠਿਆ, ਆਹਦਾ ਮੰਮੀ ਡੈਡੀ ਨੂੰ ਬੋਲਦਾ ਨਹੀਂ ਗਾ, ਉਹਨੇ ਮੈਨੂੰ ਹਲੂਣਿਆ ਜਾ ਕੇ, ਨਾਲ ਹੀ ਆਏ ਸੀਗੇ ਮੰਜਾ ਸਾਡਾ, ਕੰਨੀ 'ਤੇ ਸੀਗੇ ਮੈਂ, ਇਹ ਸਾਰੇ ਛੱਡਦੇ ਸੀਗੇ, ਬੇਬੇ ਵੀ ਛੱਡਦੇ ਸੀ, ਇਹ ਵਿਚਾਲੇ ਪਏ ਸੀਗੇ। ਜਦੋਂ ਇਹਨੇ ਮੈਨੂੰ ਉਠਾਇਆ ਕਹਿੰਦਾ ਮੰਮੀ ਡੈਡੀ ਬੋਲਦਾ ਨਹੀਂ ਗਾ, ਅਤੇ ਮੈਂ ਵੇਖਿਆ ਜਦੋਂ ਮੈਨੂੰ ਮੂੰਹ ਹੀ ਨਾ ਦਿਸਿਆ, ਜਦੋਂ ਮੈਂ ਹਲੂਣਿਆ ਜਾ ਕੇ ਮੈਨੂੰ ਕੋਈ ਮੂੰਹ ਨਹੀਂ ਦਿਸਿਆ, ਫਿਰ ਮੈਂ ਕੂਲਰ ਬੰਦ ਕਰਕੇ ਫਿਰ ਅਸੀਂ ਰੌਲਾ ਪਾਇਆ। ਉਹ ਬੰਦੇ ਤਾਂ ਬੇਬੇ ਨੇ ਵੇਖਿਆ, ਉਹ ਵੀ ਹਨੇਰਾ ਸੀ, ਸਾਡੇ ਲਾਈਟ ਰਾਤ ਹੀ ਬੰਦ ਕਰੇ ਸੀ, ਕਦੇ ਲਾਈਟ ਨਹੀਂ, ਪਰ ਸਾਨੂੰ ਘਰੇ ਨਹੀਂ ਸੀ ਡਰ ਕਿਸੇ ਗੱਲ ਦਾ, ਸਾਨੂੰ ਬਾਹਰ ਜ਼ਰੂਰ ਸੀਗਾ, ਅਸੀਂ ਡਰ ਦੇ ਵਿੱਚ ਹੀ ਜ਼ਿੰਦਗੀ ਜੀ ਲਈ ਆ। ਇਹ ਗੁਰਤੇਜ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸੁਖਨਾ ਬਲੂ ਦੇ ਬਿਆਨ 'ਤੇ ਮੁਕੱਦਮਾ ਦਰਜ ਹੋਇਆ ਕਿ ਉਹਦਾ ਭਰਾ ਜਿਹੜਾ ਸੀਗਾ ਬਲਦੇਵ ਸਿੰਘ, ਉਹਦਾ ਰਾਤ ਨੂੰ ਕੁਛ ਅਣਪਛਾਤੇ ਵਿਅਕਤੀ ਤੇਜ਼ ਹਥਿਆਰਾਂ ਨਾਲ ਗਲਾ ਕੱਟ ਕੇ ਉਹਦਾ ਕਤਲ ਕਰ ਗਏ ਆ, ਇਹਦਾ ਮੁਕੱਦਮਾ ਦਰਜ ਕਰ ਲਿਆ, ਤਫਤੀਸ਼ ਕਰ ਰਹੇ। ਲਾਸ਼ ਦਾ ਪੋਸਟਮਾਰਟਮ ਕਰਾਉਣ ਵਾਸਤੇ ਭੇਜ ਦਿੱਤੀ ਹੈ। 302-34 IPC। ਸ਼੍ਰੀ ਮੁਕਤਸਰ ਸਾਹਿਬ ਤੋਂ ਤਸੀਮ ਢੋਡੀ ਦੀ ਰਿਪੋਰਟ।